ਇੱਦਾਂ ਬਣਾ ਰੱਖਿਆ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੋਵੇ। ਦੁੱਧ ਨਾਲ ਪਾਣੀ ਮਹਿੰਗਾ ਵਿਕ ਰਿਹਾ ਜਿਹੜਾ ਕਿ ਵੱਡੇ ਘਰਾਣਿਆਂ ਦਾ, ਸਾਡਾ ਦੁੱਧ ਮਿੱਟੀ ਦੇ ਭਾਅ ਵਿਕ ਰਿਹਾ। ਸਾਰੇ ਦੇਸ਼ ਕਾ ਪੇਟ ਪਾਲਣ ਵਾਲੇ ਅੱਜ ਉਹ ਇੱਕ ਦੁਸ਼ਮਣ ਦੀ ਤਰ੍ਹਾਂ ਉਹਨਾਂ ਨਾਲ ਬਹਿਰੇਵ ਕੀਤਾ ਜਾ ਰਿਹਾ, ਜਦਕਿ ਸਾਰੇ ਇੰਡੀਆ ਦੇ ਵਿੱਚ ਪੰਜਾਬ ਦਾ ਕਿਸਾਨ ਨਾਚ ਪਚਾ ਰਿਹਾ। ਇੰਨੀ ਵਧੀਆ ਗੱਲ ਮੋਦੀ ਸਾਹਿਬ ਨੇ ਕੀਤੀ ਹੈ ਕਿ ਪੰਜਾਬ ਦੇ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਕਿਆ ਦੇਸ਼ ਤਰੱਕੀ ਕਰ ਰਿਹਾ ਹੈ, ਕਿਆ ਇਹ ਮੰਦਰ ਬੁੱਤ ਬਣਾਲੇ ਮੰਦਰ ਬਣਾਲੇ ਉਹਨਾਂ ਵਾਸਤੇ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕੋਈ ਰਿਬੇਟ ਦਿੱਤੀ ਜਾਵੇ, ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣੀ ਜਾਵੇ। ਮੰਦਰ ਤਾਂ ਕਿਸਾਨ ਸ਼ਾਮ ਨੂੰ ਖੜ੍ਹੇ ਕਰ ਦੇਣਗੇ, ਸਾਲ ਭਰ ਪਹਿਲੇ ਬਿਠਾ ਕੇ ਅੱਜ ਸਾਲ ਬਾਅਦ ਫਿਰ ਕਿਸਾਨਾਂ ਨੂੰ ਉੱਥੇ ਆਉਣਾ ਪੈ ਗਿਆ। ਕਿਹਾ ਪ੍ਰਾਈਮ ਮਿਨਿਸਟਰ ਹੈ ਇਹ ਜਿਹੜਾ ਕਿ ਆਪਣੇ ਹੀ ਦੇਸ਼ ਦੇ ਬੰਦਿਆਂ ਵਾਸਤੇ ਕਿ ਇਹ ਪੱਕੇ ਤੌਰ ਤੇ ਪੰਜਾਬ ਹਰਿਆਣਾ ਬੰਦ ਕਰ ਦਿੱਤਾ। ਗੱਡੀਆਂ ਨੇ ਇੰਨਾ ਲੱਖਾਂ ਰੁਪਇਆ ਖਰਚਾ ਕਰ ਰਹੇ ਨੇ, ਕਿਆ ਇਹ ਕਿਸਾਨਾਂ ਦੀ ਕਮਾਈ ਨੀ? ਕਿਆ ਇਹ ਆਪਣੇ ਵਰਕਰ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਬੋਝ ਨੀ ਪਊਗਾ? ਕਿਸਾਨ ਪਹੁੰਚ ਪਾਏਗਾ ਦਿੱਲੀ 13 ਤਾਰੀਖ ਕਿ ਹੁਣ ਇਸ ਨਾਲ ਕਿਸਾਨ ਰੁਕ ਜਾਣਗੇ? ਦੋ ਬੈਰੀਅਰ ਉਹ ਕਰ ਦੇਣਗੇ, 3 ਕਰ ਦੇਣਗੇ, ਪਰ ਜਿੱਥੇ ਰਸਤਾ ਸਾਫ਼ ਹੈ ਕਿਸਾਨ ਉੱਥੇ ਚਲੇ ਜਾਣਗੇ। ਪਹਿਲੇ ਕਾਂਗਰਸ ਸਰਕਾਰ ਨੇ ਵੀ ਕਰਕੇ ਦੇਖਿਆ ਸੀ ਇਹ ਸਹੀ ਗੇਮਾਂ ਵੇਲੇ, ਉਸ ਮੌਕੇ ਵੀ ਮੈਂ ਤਾਂ ਇਹੀ ਕਹੂੰਗਾ ਵੀ ਪੰਜਾਬੀ ਇਹਨਾਂ ਦੇ ਪਿਓ ਸੈਂਟਰ ਗੌਰਮੈਂਟ ਦੇ ਪਹੁੰਚ ਹੀ ਜਾਂਦੇ ਆ, ਕੋਈ ਇਹੀ ਗੱਲ ਨਹੀਂ ਹੈਗੀ। ਜਿੰਨੇ ਮਰਜ਼ੀ ਉਹ ਕਰ ਲਏ, ਜਾਂ ਫਿਰ ਸਾਨੂੰ ਪਾਕਿਸਤਾਨ ਵਿੱਚ ਭੇਜ ਦੇਵੇ। ਪੰਜਾਬੀਆਂ ਤੋਂ ਡਰ ਲੱਗਦਾ ਤਾਂ ਫਿਰ ਸਾਨੂੰ ਪਾਕਿਸਤਾਨ ਭੇਜ ਦੇਵੇ। ਪੈਦਲ ਕਿੰਨਾ ਚੱਲਣਾ ਪੜਾ? 20 ਕਿਲੋਮੀਟਰ ਮੈਂ ਪੈਦਲ ਜਾਊਂਗਾ ਕਿੱਥੇ? 65 ਸਾਲ ਦੀ ਉਮਰ ਹੈ ਮੇਰੀ, ਪੈਦਲ ਨਹੀਂ ਤੁਰਿਆ ਜਾਂਦਾ। ਜਾਂ ਇੱਥੇ ਕੋਈ ਸਾਧਨ ਲਾ ਕੇ ਦੇਵੇ। ਅੱਖਾਂ ਮੀਚ ਕੇ ਬੈਠਾ ਹੋਇਆ ਸਿਰਫ ਮੰਦਰ ਕਿਸਾਨ ਸਰਦਾਰ, ਇਹਨੂੰ ਦੇਖਣਾ ਨਹੀਂ ਚਾਹੀਦਾ ਮੋਦੀ ਦੀ ਇਹ ਸੋਚ ਹੈ। ਐਡੀ ਭੈੜੀ ਸੋਚ ਵਾਲਾ ਪ੍ਰਾਈਮ ਮਿਨਿਸਟਰ 65 ਸਾਲ ਦੀ ਉਮਰ ਦੇ ਵਿੱਚ ਮੈਂ ਅੱਜ ਤੱਕ ਨਹੀਂ ਦੇਖਿਆ। ਇਹੋ ਜਿਹੇ ਪ੍ਰਾਈਮ ਮਿਨਿਸਟਰ ਨੂੰ ਮੈਂ ਕਹਿਣਾ ਦੇਸ਼ ਨਿਕਾਲਾ ਮਿਲਿਆ। ਕਿਆ ਕਹਿਣਾ ਚਾਹੋਗੇ ਕਿਸਾਨਾਂ ਦੇ ਬਾਰੇ ਮੈਂ? ਕਿਸਾਨਾਂ ਦੇ ਬਾਰੇ ਇਹ ਕਹਾਂਗਾ, ਮੈਂ ਖੁਦ ਕਿਸਾਨ ਆ ਕਿ ਅਸੀਂ ਦਿੱਲੀ ਪਹੁੰਚ ਕੇ ਹਟਾਂਗੇ, ਤਾਂ ਜੋ ਕਰਨਾ ਕਰ ਲੈ, ਪਹਿਲਾਂ ਵੀ ਜ਼ੋਰ ਲਾ ਕੇ ਹਟਿਆ ਹੁਣ ਵੀ ਲਾ ਲੈ। ਜੇ ਤੇਰੇ 'ਚ ਸ਼ਕਤੀ ਹੈ ਤਾਂ ਸਾਡੀ ਵੀ ਕੋਈ ਸ਼ਕਤੀ ਹੈ ਯਾਰ, ਅਸੀਂ ਵੀ ਸ਼ਕਤੀ ਪ੍ਰਦਰਸ਼ਨ ਕਰਨਾ ਜਾਣਦੇ ਹਾਂ। ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ, ਨਾ ਕਿ ਅਸੀਂ ਕਿਸੇ ਦਾ ਹੱਕ ਖੋ ਰਹੇ ਹਾਂ। ਸਾਡੀਆਂ ਕਿਸਾਨਾਂ ਦਾ ਭਾਅ ਪੰਜਾਬ 'ਚ ਪੈਦਾ ਹੁੰਦੀ ਹੈ, ਜਿਨ ਭਾਅ ਸੈਂਟਰ ਦੀ ਗੌਰਮੈਂਟ ਬਣਦੀ ਹੈ। ਜਿਹਨੂੰ ਇਹ ਨਹੀਂ ਪਤਾ ਹੁੰਦਾ ਕਿ ਕਣਕ ਕਿਸ ਮੌਸਮ 'ਚ ਹੁੰਦੀ ਹੈ, ਕਿੰਨੇ ਉਹਨੂੰ ਪਾਣੀ ਲੱਗਦੇ, ਉਹ ਸਾਡੀ ਜਿਨਸ ਦੇ ਰੇਟ ਦੇ ਰਿਹਾ। ਦੁੱਧ ਹੈ ਸਾਡਾ ਮਿੱਟੀ ਦੇ ਭਾਅ ਵਿਕ ਰਿਹਾ, ਦੁੱਧ ਨਾਲ ਪਾਣੀ ਮਹਿੰਗਾ ਵਿਕ ਰਿਹਾ ਜਿਹੜਾ ਕਿ ਵੱਡੇ ਘਰਾਣਿਆਂ ਦਾ, ਸਾਡਾ ਦੁੱਧ ਮਿੱਟੀ ਦੇ ਭਾਅ ਵਿਕ ਰਿਹਾ। ਕਿਸਾਨੋਂ ਕੋ ਰੋਕਨੇ ਕੇ ਲੀਏ ਪ੍ਰਸ਼ਾਸਨ ਨੇ ਪੂਰੀ ਤਿਆਰੀਆਂ ਕੀ ਹੈ। ਕੱਲ ਹਮਨੇ ਆਪਕੋ ਦਿਖਾਇਆ ਕਿ ਕਿਸ ਤਰ੍ਹਾਂ ਸੇ ਬੈਰੀਕੇਟਿੰਗ ਯਾਨੀ ਕਿ 5 ਲੇਅਰ ਜੋ ਬੈਰੀਕੇਟਿੰਗ ਕੀ ਗਈ ਹੈ, ਤਾਂ ਕਿ ਕਿਸਾਨ ਆਪਣਾ ਟਰੈਕਟਰ ਮਾਰਚ ਲੈ ਕਰ ਪੰਜਾਬ 'ਚ ਹੋਤੇ ਹੋਏ ਹਰਿਆਣਾ ਮੈਂ ਪ੍ਰਵੇਸ਼ ਨਾ ਕਰ ਪਾਏ। ਮੈਂ ਮੌਜੂਦ ਹੂੰ ਪੰਜਾਬ ਬੋਰਡਰ ਪਰ, ਔਰ ਇਹ ਬਿਲਕੁਲ ਆਪ ਦੇਖ ਸਕਤੇ ਹੈ ਕਿ ਕਿਸ ਤਰ੍ਹਾਂ ਸੇ ਯਹਾਂ ਪੇ ਬੈਰੀਕੇਟਿੰਗ ਕੀ ਗਈ ਹੈ ਕਿ ਕਿਸਾਨ ਜੋ ਟਰੈਕਟਰ ਲੈ ਕਰ ਹਰਿਆਣਾ 'ਚ ਹੋਤੇ ਹੋਏ ਦਿੱਲੀ ਕੀ ਔਰ ਪ੍ਰਵੇਸ਼ ਨਾ ਕਰ ਪਾਏ। ਮੈਂ ਇਸ ਸਮੇਂ ਇੱਕ ਗਾਓ ਕੇ ਬੋਰਡਰ ਪਰ ਮੌਜੂਦ ਹੂੰ ਜੋ ਦੂਸਰੀ ਤਰਫ ਪੰਜਾਬ ਯਾਨੀ ਕਿ ਪਟਿਆਲਾ ਪੜਤਾ ਹੈ, ਔਰ ਇਸਕੇ ਦੂਸਰੀ ਤਰਫ
हरियाणा का कुरुक्षेत्र, ये मैं मौजूद हूँ पटियाला जिले के अंदर। यानी कि जिस तरह से ये आप गांव देख रहे हैं, चप्पे चप्पे पर यहाँ पर बैरिकेडिंग की गई है, कहीं ना कहीं पुलिस भी तैनात की गई है। बाकायदा यहाँ पर कुरुक्षेत्र के SP वो निरीक्षण कर रहे हैं, ट्यूकर बॉर्डर पर SP कुरुक्षेत्र जा रहे हैं, बाकायदा निरीक्षण किया जा रहा है और अपील भी कर रहे हैं कि कोई ट्रैक्टर मार्च के जरिए दिल्ली की ओर कूच ना करें, क्योंकि जिस तरह से कल रात को ट्यूकर में 5 लेयर बैरिकेडिंग की गई, इसी तरह से जहाँ मैं मौजूद हूँ, ये यानी कि चम्मू कला गांव है, हरियाणा पंजाब को जोड़ता एक गांव है, यहां पर 3 लेयर बैरिकेडिंग की गई है, बकायदा पिलर्स रखे गए हैं और किसानों को रोकने के लिए पूरी तरह से तैयारी की गई है, ड्यूटी मजिस्ट्रेट की नियुक्ति की गई है और किसानों ने कहा है कि हम हर हाल में 13 फरवरी को दिल्ली कूच करेंगे। ये देखने वाला वक्त बताएगा क्या अब किसान दिल्ली कूच कर पाते हैं या नहीं, या उन्हें जहाँ जहाँ बैरिकेडिंग की गई है उससे पहले ही उन्हें रोक लिया जाता है। ਮੇਰਾ ਨਾਮ ਪਿੰਕੀ ਹੈ, ਅਸੀਂ ਪਟਿਆਲਾ ਤੋਂ ਆਏ ਹੈਗੇ ਹਾਂ। ਮੈਂ ਆਪਣੇ ਭਤੀਜੇ ਨੂੰ ਮਿਲਣ ਜਾ ਰਹੀ ਸੀ, ਮੇਰਾ ਭਤੀਜਾ ਨਸ਼ਾ ਹੀ ਕਰਦਾ ਸੀਗਾ, ਇਹਨਾਂ ਨੂੰ ਹੋਰ ਕੁਝ ਤਾਂ ਹੈ ਨਹੀਂ। ਹੁਣ ਦੇਖੋ ਇੰਨੀ ਪਰੇਸ਼ਾਨੀ ਹੋ ਰਹੀ ਹੈ ਸਾਨੂੰ, ਉੱਤੋਂ ਦੀ ਮੇਰੇ ਡੈਡੀ ਤੋਂ ਚੱਲਿਆ ਵੀ ਨਹੀਂ ਜਾਂਦਾ ਹੈਗਾ, ਰਸਤਾ ਬੰਦ ਕਰ ਰੱਖਿਆ ਹੈਗਾ ਇਸ ਇਹਨਾਂ ਨੇ, ਉੱਤੋਂ ਦੀ ਕਿੱਲਾਂ ਲਗਾਈਆਂ ਪਈਆਂ ਹੈਗੀਆਂ ਨੇ। ਹੁਣ ਦੱਸੋ ਹੁਣ ਅਸੀਂ ਕਿਵੇਂ ਜਾਈਏ, ਅਸੀਂ ਅੱਗੇ ਜਾਣਾ।